ਸਤਿ ਸ਼੍ਰੀ ਅਕਾਲ ਜੀ, ਡੀ ਪੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਅਤੇ ਦੋਸਤੋ, ਅੱਜ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਵਾਂ, ਕਿਉਂਕਿ ਤੁਸੀਂ ਥੰਬਨੇਲ ਦੇ ਵਿੱਚ ਤਾਂ ਦੇਖ ਲਿਆ ਹੋਏਗਾ ਕਿ ਅੱਜ ਦਾ ਵੀਡੀਓ ਕਿਸ ਗੱਲ 'ਤੇ ਹੋਣ ਵਾਲਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੋਸਤੋ, ਡੀ ਪੀ ਸੀ ਪੰਜਾਬੀ ਤੋਂ ਉੱਤੇ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਨੇ ਉਹ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਦੇ ਹਾਂ, ਬਹੁਤ ਸਾਰੀਆਂ ਖਬਰਾਂ ਦੇ ਨਾਲ ਤੁਹਾਡੇ ਸਨਮੁੱਖ ਹੁੰਦੇ ਰਹਿੰਦੇ ਹਾਂ। ਅਤੇ ਅੱਜ ਜਿਹੜਾ ਤੁਹਾਡੇ ਸਨਮੁੱਖ ਹੋਣ ਦਾ ਕਾਰਨ ਇਹ ਆ ਕਿ ਜਿਵੇਂ ਕਿ ਅਸੀਂ ਜਿਹੜੀਆਂ ਖਬਰਾਂ ਤਾਂ ਕਰਦੇ ਰਹਿੰਦੇ ਹਾਂ, ਅਤੇ ਖਬਰਾਂ ਦੇ ਵਿੱਚ ਜਿਹੜਾ ਆ, ਖਾਸ ਕਰਕੇ ਜਿਹੜਾ ਆ, ਆਡੀਓ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ। ਆਡੀਓ ਜ਼ਰੂਰੀ ਹੁੰਦੀ ਹੈ, ਕਿਉਂਕਿ ਆਡੀਓ ਅਗਰ ਸਾਫ਼ ਨਹੀਂ ਹੈ ਤਾਂ ਖਬਰ ਦਾ ਵੀ ਕੋਈ ਮਤਬਲ ਨਹੀਂ ਰਹਿ ਜਾਂਦਾ, ਨਾ ਹੀ ਕਿਸੇ ਗੱਲਬਾਤ ਦੀ ਕੋਈ ਜਿਹੜੀ ਗੱਲਬਾਤ ਰਹਿ ਜਾਂਦੀ ਹੈ। ਵੈਸੇ ਤਾਂ ਦੋਸਤੋ, ਅਸੀਂ ਖਬਰ ਜਿਹੜੀ ਉਹ ਇਸ ਮਾਈਕ ਦੇ ਉੱਤੇ ਆਈ ਡੀ ਵਾਲੇ ਲੋਗੋ ਦੇ ਉੱਤੇ ਕਰਦੇ ਹਾਂ, ਕਿਉਂਕਿ ਇਹ ਮਾਈਕ ਜਿਹੜਾ ਆ ਵਨ ਟੂ ਵਨ ਕਰਨ ਵਾਸਤੇ ਬਹੁਤ ਵਧੀਆ ਹੁੰਦਾ। ਇਸ ਟਾਈਮ ਵੀ ਜਿਹੜੀ ਵੋਕਲ ਆ ਤੁਹਾਨੂੰ ਇਹਦੇ ਤੋਂ ਹੀ ਆ ਰਹੀ ਹੋਵੇਗੀ, ਇਸੇ ਮਾਈਕ ਦੇ ਨਾਲ ਹੀ ਜਿਹੜਾ ਮੈਂ ਰਿਕਾਰਡਿੰਗ ਆ ਜਿਹੜੀ ਉਹ ਕਰਦਾ ਪਿਆ ਵਾਂ। ਅਤੇ ਖਾਸ ਕਰਕੇ ਆਪਾਂ ਇਸ ਤਰ੍ਹਾਂ ਦੇ ਮਾਈਕ ਦੇ ਨਾਲ ਹੀ ਕਰਦੇ ਹਾਂ, ਪਰ ਕਈ ਵਾਰੀ ਕੀ ਹੁੰਦਾ ਕਿ ਬੈਠੇ ਹੋਏ ਹਾਂ ਜਾਂ ਤੁਰਦੇ ਫਿਰਦੇ ਪਏ ਹਾਂ ਜਾਂ ਆਪਾਂ ਸੈਲਫ ਕਰਦੇ ਪਏ ਹਾਂ, ਸੈਲਫ ਰਿਪੋਰਟਿੰਗ ਕਰਦੇ ਪਏ ਹਾਂ, ਉਹਦੇ 'ਚ ਕੀ ਹੁੰਦਾ ਕਿ ਸਾਨੂੰ ਇੱਕ ਸਿੰਗਲ ਬੰਦੇ ਦੇ ਨਾਲ ਹੀ ਆਪ ਹੀ ਕੈਮਰਾਮੈਨ ਅਤੇ ਆਪ ਹੀ ਰਿਪੋਰਟਰ ਹੋਵੇ ਤਾਂ ਗੱਲਬਾਤ ਕਰਨੀ ਹੁੰਦੀ ਹੈ, ਅਤੇ ਕਈ ਵਾਰੀ ਇੰਟਰਵਿਊ ਕਰਨੀ ਪੈ ਜਾਂਦੀ ਹੈ। ਉਹਦੇ ਲਈ ਕੀ ਹੁੰਦਾ ਕਿ ਥੋੜ੍ਹਾ ਇਸ ਮਾਈਕ ਦੇ ਨਾਲ ਔਖਾ ਹੋ ਜਾਂਦਾ, ਕਿਉਂਕਿ ਬਾਂਹ ਥੱਕ ਜਾਂਦੀ ਹੈ ਅਤੇ ਬੜਾ ਔਖਾ ਹੋ ਜਾਂਦਾ ਵੀ ਦੂਸਰੇ ਬੰਦੇ ਦੇ ਗਾੜੀ ਮਾਈਕ ਕਰਨਾ ਜਾਂ ਵੋਕਲ ਨੂੰ ਰਿਕਾਰਡ ਕਰਨਾ। ਹਾਲਾਂਕਿ ਬਹੁਤ ਵਧੀਆ ਮਾਈਕ ਆ, ਬਹੁਤ ਜ਼ਿਆਦਾ ਦੂਰ ਤੋਂ ਥੋੜ੍ਹੀ ਆਵਾਜ਼ ਵਧੀਆ ਕੈਪਚਰ ਕਰ ਲੈਂਦਾ ਆ, ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਉਹ ਪ੍ਰੋਬਲਮ ਇਹਦੇ ਵਿੱਚ ਆ ਹੀ ਜਾਂਦੀ। ਅਤੇ ਇਸ ਟਾਈਮ ਜੇ ਮੈਂ ਕਹਾਂ ਕਿ ਆਪਾਂ ਇੱਕ ਵਧੀਆ ਮਾਈਕ ਲੈ ਲਈਏ, ਉਹ ਮਾਈਕ ਜਿਹੜਾ ਡਿਊਲ ਹੋਵੇ ਇੰਟਰਵਿਊ ਕਰਨ ਦੇ ਲਈ ਹੋਵੇ, ਤਾਂ ਜ਼ਿਆਦਾ ਵਧੀਆ ਰਹੇਗਾ। ਅਤੇ ਇਸ ਟਾਈਮ ਮੈਂ ਜਿਹੜਾ ਆ ਇੱਕ ਮਾਈਕ ਜਿਹੜਾ ਆ ਉਹ ਪਰਚੇਜ ਕੀਤਾ ਆ, ਇਹ ਮਾਈਕ ਜਿਹੜਾ ਹੈਗਾ ਆ ਦੋਸਤੋ ਡਿਜੀਟਕ ਦਾ ਮਾਈਕ ਆ, ਡਿਜੀਟਕ ਦਾ ਮਾਈਕ ਆ, ਅਤੇ ਇਹਦੇ ਵਿੱਚ ਜਿਹੜਾ ਆ ਡਿਊਲ ਮਾਈਕ ਨੇ, ਦੋ ਮਾਈਕ ਨੇ ਅਤੇ ਇੱਕ ਉਹਦਾ ਜਿਹੜਾ ਆ ਰਿਸੀਵਰ ਆ। ਅਤੇ ਦੋਸਤੋ ਡਿਊਲ ਮਾਈਕ ਮਤਲਬ ਕਿ ਦੋ ਇਹਦੇ ਟਰਾਂਸਮੀਟਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਅਤੇ ਇੱਕ ਇਹਦੇ 'ਚ ਰਿਸੀਵਰ ਆ, ਅਤੇ ਬਹੁਤ ਹੀ ਖੂਬਸੂਰਤ ਇਹ ਮਾਈਕ ਆ। ਅਤੇ ਇਹਦੀ ਅਨਬੋਕਸਿੰਗ ਜਿਹੜੀ ਉਹ ਮੈਂ ਆਪਣੇ ਵਲੌਗ ਵਾਲੇ ਚੈਨਲ 'ਤੇ ਪਾ ਚੁੱਕਿਆ ਵਾਂ, ਬਹੁਤ ਹੀ ਵਧੀਆ, ਬੜਾ ਹੀ ਕਫਾਇਤੀ ਹੈ। ਅਤੇ ਵੈਸੇ ਨੂੰ ਤੁਹਾਨੂੰ ਮੈਂ ਨਾ ਮੋਟਾ ਮੋਟਾ ਇਹਦਾ ਜਿਹੜਾ ਵੀਡੀਓ ਉਹ ਤੁਹਾਨੂੰ ਦਿਖਾ ਦਿੰਦਾ ਵੀ ਇਹਦੇ ਵਿੱਚ ਕੀ ਹੈ, ਕਿਸ ਤਰ੍ਹਾਂ ਆ, ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਨੇ ਸਾਨੂੰ ਮਿਲਦੀਆਂ ਨੇ। ਅਤੇ ਆਓ ਪਹਿਲਾਂ ਤੁਹਾਨੂੰ ਵਿਖਾਉਂਦੇ ਹਾਂ ਇਹਦੇ 'ਚ ਕੀ ਸਮਾਨ ਨਿਕਲਦਾ, ਅਤੇ ਕਿਸ ਤਰ੍ਹਾਂ ਨਿਕਲਦਾ ਆ, ਕਿਹੜੀ ਕਿਹੜੀ ਚੀਜ਼ ਨਿਕਲਦੀ ਹੈ, ਅਤੇ ਆਪਾਂ ਇਸ ਮਾਈਕ ਨੂੰ ਕਿਹੜੇ ਕਿਹੜੀਆਂ ਡਿਵਾਈਸਾਂ ਦੇ ਉੱਤੇ ਜਿਹੜਾ ਆ ਯੂਜ਼ ਕਰ ਸਕਦੇ ਹਾਂ। ਅਤੇ ਚਲੋ ਖੋਲਦੇ ਹਾਂ ਅਤੇ ਦੇਖਦੇ ਹਾਂ। ਅਨਬੋਕਸਿੰਗ ਦੇਖਣ ਵਾਸਤੇ ਤੁਸੀਂ ਮੇਰੇ ਵਲੌਗ ਚੈਨਲ 'ਤੇ ਜਾ ਸਕਦੇ ਹੋ, ਵੈਸੇ ਡੀ ਪੀ ਸੀ ਪੰਜਾਬੀ ਤੋਂ ਉੱਤੇ ਜਿਹੜਾ ਤੁਸੀਂ ਇਹ ਵੀਡੀਓ ਦੇਖਦੇ ਪਏ ਹੋ, ਇਹਦੇ 'ਤੇ ਹੀ ਜਿਹੜੀ ਅਸੀਂ ਤੁਹਾਨੂੰ ਜਿਹੜੀ ਇਹਦੀ ਵੋਕਲ ਕੁਆਲਿਟੀ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਦੋਸਤੋ ਇਹ ਜੋ ਮਾਈਕ ਆ ਇਹ ਹੈਗਾ ਆ ਜੀ ਡਿਜੀਟਕ ਦਾ, ਅਤੇ ਡਿਜੀਟਕ ਦੇ ਮਾਈਕ ਜਿਹੜਾ ਆ ਟਿਊਨ ਵਨ ਨੇ, ਜਿਹਦੇ 'ਚ ਦੋ ਜਿਹੜੇ ਆ ਮਾਈਕ ਨੇ, ਇੱਕ ਰਿਸੀਵਰ ਆ। ਅਤੇ ਇਹ ਮਾਈਕ ਜਿਹੜਾ ਆ ਇਹਦੀ ਕੀਮਤ ਕੀ, ਇਹਦੇ ਬਾਰੇ ਵੀ ਗੱਲ ਕਰਦੇ ਹਾਂ, ਅਤੇ ਕਿਹੜੀ ਕਿਹੜੀ ਡਿਵਾਈਸ ਦੇ ਨਾਲ ਕੰਪੇਟੇਬਲ ਹੈ ਉਹ ਵੀ ਗੱਲਬਾਤ ਕਰਦੇ ਹਾਂ। ਅਤੇ ਬਹੁਤ ਹੀ ਵਧੀਆ, ਕਿਉਂਕਿ ਤਕਰੀਬਨ ਹਰ ਡਿਵਾਈਸ ਦੇ ਨਾਲ ਜਿਹੜਾ ਇਹ ਕੰਪੀਟੇਬਲ ਆ, ਅਤੇ ਗੱਲ ਜਿਹੜੀ ਉਹ ਤੁਹਾਡੇ ਨਾਲ ਕਰ ਲੈਂਦੇ ਹਾਂ ਸਾਂਝੀ, ਅਤੇ ਇਹਨੂੰ ਆਪਾਂ ਖੋਲ੍ਹ ਲੈਂਦੇ ਹਾਂ। ਵੈਸੇ ਅਨਬੋਕਸਿੰਗ ਇਹਦੀ ਹੋ ਚੁੱਕੀ ਹੈ ਦੂਸਰੇ ਚੈਨਲ ਦੇ ਉੱਤੇ, ਅਤੇ ਇਹਦੇ 'ਚ ਜਿਹੜਾ ਆ ਉਹ ਜਸਟ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਕੀ ਨਿਕਲਦਾ ਆ ਉਹ ਕਰ ਰਹੇ ਹਾਂ, ਦੁਬਾਰਾ ਤੋਂ ਜਿਹੜੀ ਇਹਦੀ ਵੀਡੀਓ ਬਣਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਪਏ ਹਾਂ। ਅਤੇ ਦੋਸਤੋ ਇਹ ਹੈਗਾ ਆ ਉਹ ਯੂਨਿਟ ਜੋ ਕਿ ਜਿਹਦੇ ਵਿੱਚ ਮਾਈਕ ਆ, ਅਤੇ ਇਹਦੇ ਵਿੱਚ ਰਿਸੀਵਰ ਆ, ਅਤੇ ਇਹ ਬੋਕਸ ਆ, ਬੋਕਸ ਦੇ ਵਿੱਚ ਜਿਹੜੀ ਹੈ ਇਹ 'ਚ ਰਿਕਾਰਡਿੰਗ ਬੈਟਰੀ ਚਾਰਜ ਹੁੰਦੀ ਰਹਿੰਦੀ ਹੈ, ਬੈਟਰੀ ਵਾਲੀ ਇਹ ਡਿਵਾਈਸ ਆ।
ਜਿਹਦੇ 'ਚ ਮਾਈਕ ਜਿਹੜੇ ਆ ਆਪਣੇ ਆਪ ਹੀ ਜਿਹੜੇ ਆ ਚਾਰਜ ਹੁੰਦੇ ਰਹਿੰਦੇ ਆ। ਟਾਈਪ ਸੀ ਦੇ ਨਾਲ ਜਿਹੜਾ ਆ ਇਹ ਚਾਰਜ ਹੁੰਦਾ ਆ, ਇਹ ਪੁਆਇੰਟ ਹੈ ਟਾਈਪ ਸੀ ਦਾ ਅਤੇ ਡੀਟੈਕ ਦੀ ਬ੍ਰਾਂਡਿੰਗ ਤੁਸੀਂ ਦੇਖਦੇ ਪਏ ਹੋ। ਅਤੇ ਜੇਕਰ ਆਪਾਂ ਇਹਨੂੰ ਖੋਲ੍ਹ ਕੇ ਵਿਖਾਈਏ ਤੁਹਾਨੂੰ ਤਾਂ ਤੁਸੀਂ ਇਹ ਵੀ ਮਾਈਕ ਜਿਹੜੇ ਆ ਦੇਖਦੇ ਪਏ ਹੋ ਮੇਰੇ ਨਾਲ, ਵੀ ਇਹ ਮਾਈਕ ਆ, ਇਹ ਵੀ ਮਾਈਕ ਆ ਅਤੇ ਇਹ ਜਿਹੜੀ ਹੈ ਇਹ ਹੈਗਾ ਰਿਸੀਵਰ। ਅਤੇ ਬਹੁਤ ਹੀ ਖੂਬਸੂਰਤ ਮਾਈਕ ਹੈ ਜਿਹੜਾ ਉਹ ਤੁਹਾਨੂੰ ਮੈਂ ਦਿਖਾਉਣ ਦੀ ਜਿਹੜੀ ਹੈ ਕੋਸ਼ਿਸ਼ ਕਰਦਾ ਪਿਆ ਵਾਂ। ਅਤੇ ਇਹਦੇ ਨਾਲ ਕਿਹੜੀ ਕਿਹੜੀ ਅਸੈਸਰੀ ਹੋਰ ਮਿਲਦੀ ਹੈ, ਇੱਕ ਐਕਸਟਰਾ ਸਾਨੂੰ ਜਿਹੜਾ ਆ ਇਹ ਅਸੈਸਰੀ ਬੋਕਸ ਮਿਲਿਆ ਆ ਜਿਹਦੇ ਵਿੱਚ ਜਿਹੜੀ ਹੈ ਤਕਰੀਬਨ ਸਾਰੀ ਅਸੈਸਰੀ ਜਿਹੜੀ ਹੈ ਉਹ ਮਿਲਦੀ ਹੈ। ਅਤੇ ਆਪਾਂ ਜਿਹੜੀ ਹੈ ਉਹ ਤੁਹਾਨੂੰ ਅਸੈਸਰੀ ਵੀ ਵਿਖਾ ਦਿੰਦੇ ਹਾਂ, ਨਾਲ ਦੀ ਨਾਲ ਤੁਹਾਨੂੰ ਦੱਸ ਦਿੰਦੇ ਵੀ ਇਹ ਜਿਹੜਾ ਮਾਈਕ ਆ ਇਹ ਕਿਹੜੀ ਕਿਹੜੀ ਚੀਜ਼ ਦੇ ਨਾਲ ਜਿਹੜਾ ਆ ਕੰਪੀਟੇਬਲ ਹੈਗਾ ਆ। ਅਤੇ ਦੋਸਤੋ ਆਪਾਂ ਸਾਰਾ ਸਮਾਨ ਜਿਹੜਾ ਤਕਰੀਬਨ ਬਾਹਰ ਕੱਢ ਕੇ ਰੱਖ ਲਿਆ ਆ। ਇਹਦੇ 'ਚ ਦੋਸਤੋ ਪਹਿਲਾਂ ਤਾਂ ਇਹ ਜਿਹੜੀਆਂ ਦੋ ਕੇਬਲਾਂ ਮਿਲਦੀਆਂ ਨੇ, ਦੋਨੇ ਕੇਬਲਾਂ ਜਿਹੜੀਆਂ ਨੇ ਇੱਕ ਟਾਈਪ ਸੀ ਟੂ ਟਾਈਪ ਸੀ, ਇੱਕ ਟਾਈਪ ਸੀ ਟੂ ਲਾਈਟਨਿੰਗ ਕੇਬਲ। ਟਾਈਪ ਟੂ ਟਾਈਪ ਜਿਹੜੀ ਉਹ ਐਂਡਰੋਇਡ ਫੋਨ ਦੇ ਵਾਸਤੇ, ਜੇਕਰ ਆਪਾਂ ਟਾਈਪ ਸੀ ਯੂਜ ਕਰਦੇ ਤਾਂ ਉੱਥੇ ਆਪਾਂ ਯੂਜ ਕਰ ਸਕਦੇ ਹਾਂ ਟਾਈਪ ਸੀ ਵਾਲੇ ਫੋਨਾਂ ਦੇ ਵਿੱਚ ਚੱਲੇਗੀ। ਦੂਜੀ ਜਿਹੜੀ ਟਾਈਪ ਸੀ ਟੂ ਲਾਈਟਨਿੰਗ ਕੇਬਲ ਆ ਇਹ ਚੱਲੇਗੀ ਤੁਹਾਡੇ ਆਈਫੋਨ ਵਾਸਤੇ, ਆਈਫੋਨ 'ਚ ਅਗਰ ਤੁਸੀਂ ਰਿਕਾਰਡਿੰਗ ਕਰਦੇ ਇਹ ਦੋਨੇ ਕੇਬਲਾਂ ਉਹਦੇ ਵਾਸਤੇ ਸਾਨੂੰ ਜਿਹੜੀਆਂ ਨੇ ਮਿਲਦੀਆਂ ਨੇ। ਨਾਲ ਦੀ ਨਾਲ ਦੋਸਤੋ ਇਹ ਹੈਗਾ ਆ ਇੱਕ ਚਾਰਜਿੰਗ ਕੇਬਲ ਜਿਹੜੀ ਕਿ ਟਾਈਪ ਸੀ ਡਿਊਅਲ ਆ, ਜਿਹੜੀ ਕਿ ਟਾਈਪ ਸੀ ਕੇਬਲ ਆ ਡਬਲ ਆ। ਜੇਕਰ ਤੁਸੀਂ ਬਿਨਾਂ ਚਾਰਜਿੰਗ ਕੇਸ ਤੋਂ ਆਪਣੇ ਟਰਾਂਸਮੀਟਰਾਂ ਨੂੰ ਜਾਂ ਮਤਲਬ ਆਪਣੇ ਉਹਨੂੰ ਚਾਰਜਿੰਗ ਕਰਨਾ ਚਾਹੁੰਦੇ ਤਾਂ ਇਹਦੇ ਨਾਲ ਤੁਸੀਂ ਕਰ ਸਕਦੇ ਹੋ। ਨਾਲ ਦੀ ਨਾਲ ਇੱਕ ਮੋਨੀਟਰਿੰਗ ਕਰਨ ਵਾਸਤੇ ਜਿਹੜਾ ਆ ਹੈੱਡਫੋਨ ਨੇ ਇਹ, ਅਤੇ ਇਹਦੇ ਨਾਲ ਆਪਾਂ ਜਿਹੜੀ ਆਵਾਜ਼ ਨੂੰ ਨਾਲ ਦੀ ਨਾਲ ਇਹੀ ਕੈਪਚਰ ਕਰਕੇ ਜਿਹੜਾ ਆ ਸੁਣ ਵੀ ਸਕਦੇ ਹਾਂ ਨਾਲ ਦੀ ਨਾਲ ਕਿ ਇਹ ਕੀ ਇਹ ਦੋ ਫੁਰਫੁਰ ਨੇ, ਇਹ ਦੋ ਫੁਰਫੁਰ ਜਿਹੜੀਆਂ ਨੇ ਇਹ ਕੰਮ ਆਉਂਦੀਆਂ ਨੇ ਵਿੰਡ ਵਾਸਤੇ, ਹਵਾ ਤੇਜ਼ ਆ ਤਾਂ ਇਹ ਤੁਸੀਂ ਲਗਾ ਕੇ ਹਵਾ ਦੇ ਕੰਟਰੋਲ ਨੂੰ ਵੀ ਜਿਹੜਾ ਆ ਕੰਟਰੋਲ ਕਰ ਸਕਦੇ, ਹਵਾ ਨੂੰ ਵੀ ਕੰਟਰੋਲ ਕਰ ਸਕਦੇ ਹੋ। ਦੋਸਤੋ ਇਹਦੇ ਨਾਲ ਹੀ ਜਿਹੜੀ ਇੱਕ ਕੇਬਲ ਆ ਉਹ ਇਸ ਤਰ੍ਹਾਂ ਦੀ ਕੇਬਲ ਮਿਲ ਜਾਂਦੀ ਹੈ ਜਿਹੜੀ ਕਿ ਹੈਗੀ ਹੈ ਟੀ ਆਰ ਐੱਸ ਜਾਣੀ ਕਿ 3 ਪੋਲ ਅਤੇ 4 ਪੋਲ ਜਿਹੜੀ ਕਿ ਤੁਹਾਡੇ ਐਂਡਰਾਇਡ ਫੋਨ ਨੂੰ 3 mm ਨੂੰ ਲੱਗਦੀ ਹੈ। ਅਤੇ ਇੱਕ 4 ਪੋਲ ਹੈ ਜਿਹੜੀ ਉਹ ਕੇਬਲ ਆਉਂਦੀ ਹੈ ਜਿਹੜੀ ਕਿ ਮੈਂ ਇਸ ਟਾਈਮ ਇੱਧਰ ਸੰਭਾਲ ਕੇ ਰੱਖੀ ਹੋਈ ਸੀ, ਕੇਬਲ ਮੈਂ ਸੰਭਾਲ ਕੇ ਰੱਖੀ ਹੋਈ ਹੈ। ਇਸ ਤਰ੍ਹਾਂ ਦੀ ਇੱਕ ਕੇਬਲ ਆ ਜਾਂਦੀ ਹੈ ਜਿਹੜੀ ਕਿ ਤੁਹਾਡੇ ਇਹ ਜਿਹੜੇ ਮਾਈਕ ਨੇ ਮਿੱਤਰੋ ਇਹ ਤੁਸੀਂ ਐਂਡਰਾਇਡ ਫੋਨ ਦੇ ਨਾਲ, ਸਮਾਰਟ ਫੋਨ ਦੇ ਨਾਲ, ਟਾਈਪ ਸੀ ਜੇਕਰ ਚੱਲਦਾ ਤੁਹਾਡਾ ਉਹਦੇ ਨਾਲ, ਜੇਕਰ 3.5 ਚੱਲਦਾ ਉਹਦੇ ਨਾਲ, ਜੇਕਰ ਤੁਹਾਡਾ ਜਿਹੜਾ ਫੋਨ ਆ ਉਹ ਇਹਨਾਂ ਤਿੰਨਾਂ ਨਾਲ ਆਈਫੋਨ ਐਂਡਰਾਇਡ ਸਮਾਰਟ ਕਿਸੇ ਵੀ ਫੋਨ ਦੇ ਨਾਲ ਤੁਸੀਂ ਲਾ ਸਕਦੇ ਹੋ। ਟਾਈਪ ਸੀ ਹੋਵੇ ਭਾਵੇਂ 3.5 ਹੋਵੇ ਉਹਦੇ ਸਾਰੇ ਅਤੇ ਸਾਰੇ ਜਿਹੜੇ ਆ ਇਸ ਮਾਈਕ ਦੇ ਨਾਲ ਚੱਲਦੇ ਆ। ਅਤੇ DSLR ਕੰਪਿਊਟਰ ਲੈਪਟਾਪ ਦੇ ਨਾਲ ਵੀ ਤੁਸੀਂ ਇਸ ਮਾਈਕ ਨੂੰ ਜਿਹੜਾ ਆ ਯੂਜ ਕਰ ਸਕਦੇ ਹੋ। ਜਿਵੇਂ ਕਿ ਮੈਂ ਦੱਸ ਰਿਹਾ ਵਾਂ ਕਿ ਇੱਕ ਮਾਈਕ, ਦੋ ਮਾਈਕ ਅਤੇ ਇੱਕ ਜਿਹੜਾ ਆ ਰਿਸੀਵਰ ਆ, ਅਤੇ ਬਹੁਤ ਹੀ ਸੋਹਣਾ ਜਿਹੜਾ ਆ ਇਹ ਤੁਸੀਂ ਦੇਖਦੇ ਪਏ ਹੋ ਵੀ ਇਹਦੇ ਵਿੱਚ ਜਿਹੜੇ ਆ ਉਹ ਤੁਹਾਨੂੰ ਮਿਲ ਜਾਣਗੇ ਮਾਈਕ ਅਤੇ ਰਿਸੀਵਰ। ਜਿਵੇਂ ਕਿ ਇਹ ਆ ਦੋਨੇ ਹੀ ਬੜੇ ਖੂਬਸੂਰਤ ਨੇ ਮਾਈਕ ਆ, ਅਤੇ ਨਾਲ ਦੀ ਨਾਲ ਜਿਹੜਾ ਆ ਰਿਸੀਵਰ ਆ ਇਹ ਮੈਂ ਕੱਢੇ ਹੋਏ ਆ, ਅਤੇ ਦੂਸਰਾ ਜਿਹੜਾ ਆ ਉਹ ਮਾਈਕ ਇਹ ਵਾਲਾ ਆ। ਅਤੇ ਇਸ ਟਾਈਮ ਜਿਹੜੇ ਤਿੰਨੇ ਜਿਹੜੇ ਕੱਢਦੇ ਆ ਸਾਰੇ ਜਿਹੜੇ ਆਟੋਮੈਟਿਕਲੀ ਇਹ ਆਪਣੇ ਆਪ ਨੂੰ ਲੱਗ ਜਾਂਦੇ ਆ। ਅਤੇ ਇਹਨਾਂ ਦੀ ਜਿਹੜੀ ਵੋਕਲ ਆ ਉਹ ਮੈਂ ਤੁਹਾਨੂੰ ਜਿਹੜਾ ਸੁਣਾ ਦਿੰਦਾ, ਅਤੇ ਨਾਲ ਦੀ ਨਾਲ ਇਹਦੇ ਬਾਰੇ ਥੋੜ੍ਹਾ ਜਿਹਾ ਤੁਹਾਡੇ ਲਈ ਜਿਹੜਾ ਉਹ ਅਸੀਂ ਜਿਹੜਾ ਆ ਚਾਨਣਾ ਪਾ ਦਿੰਦੇ ਹਾਂ ਵੀ ਇਹਨੂੰ ਆਪਾਂ ਕਿਵੇਂ ਕਿਵੇਂ ਅਤੇ ਕਿਸ ਤਰ੍ਹਾਂ ਜਿਹੜਾ ਆ ਜਿਹੜਾ ਯੂਜ ਕਰ ਸਕਦੇ ਹਾਂ। ਅਤੇ ਜੇਕਰ ਓਕੇ ਵਾਲੇ ਬਟਨ ਨੂੰ ਆਪਾਂ ਜ਼ਿਆਦਾ ਤੇ ਨੱਪ ਕੇ ਰੱਖਦੇ ਹਾਂ ਅਤੇ ਬੰਦ ਹੋ ਗਿਆ, ਅਤੇ ਇਹ ਫਿਰ ਆਪਾਂ ਓਕੇ ਵਾਲੇ ਬਟਨ ਨੂੰ ਨੱਪਦੇ ਹਾਂ ਅਤੇ ਔਨ ਹੋ ਗਿਆ। ਅਤੇ ਦੋਸਤੋ ਜੇਕਰ ਇਹਨੂੰ ਇੱਕ ਵਾਰੀ ਨੱਪਦੇ ਹਾਂ
ਅਤੇ ਇਹ ਲਾਇਲ ਬਟਨ ਜਿਹੜੇ ਜਾਗ ਗਿਆ ਇਹ ਤੁਹਾਡੀ ਆਵਾਜ਼ ਜਿਹੜੀ ਹੈ ਇੱਥੋਂ ਮਿਊਟ ਹੋ ਜਾਂਦੀ ਹੈ ਅਤੇ ਇਹਨੂੰ ਆਪਾਂ ਜੇ ਦੁਬਾਰਾ ਨੱਪ ਦਿੰਦੇ ਹਾਂ ਤਾਂ ਆਵਾਜ਼ ਜਿਹੜੀ ਓਪਨ ਹੋ ਜਾਂਦੀ ਹੈ। ਇੱਕ ਇਹਦੇ ਵਿਚਕਾਰ ਬਟਨ ਆ ਪਲੱਸ ਵਾਲਾ, ਜੇਕਰ ਆਪਾਂ ਉਹਨੂੰ ਨੱਪਦੇ ਹਾਂ ਅਤੇ ਜੇਕਰ ਥੋੜ੍ਹੀ ਦੇਰ ਦਬਾ ਕੇ ਰੱਖਦੇ ਹਾਂ ਅਤੇ ਇਹ ਜਿਹੜਾ ਆ ਨੋਇਸ ਕੈਂਸਲੇਸ਼ਨ, ਇਹ ਜਿਹੜਾ ਵਿਚਕਾਰ ਵਾਲੀ ਲਾਈਟ ਜਗੀ ਇਹ ਨੋਇਸ ਕੈਂਸਲੇਸ਼ਨ ਵਾਸਤੇ ਆ, ਨੋਇਸ ਕੈਂਸਲ ਕਰ ਦਿੰਦਾ ਹੈ ਬਿਲਕੁਲ, ਪੱਖੇ ਦੀਆਂ ਆਵਾਜ਼ਾਂ ਇੱਧਰ ਉੱਧਰ ਦੀਆਂ ਆਵਾਜ਼ਾਂ ਜਿਹੜੀਆਂ ਨਹੀਂ ਆਉਂਦੀਆਂ, ਇਹ ਤੁਹਾਨੂੰ ਅਸੀਂ ਬਾਅਦ 'ਚ ਰਿਕਾਰਡਿੰਗ ਕਰਕੇ ਦੱਸਦੇ ਹਾਂ। ਇਹਨੂੰ ਦੱਬ ਕੇ ਰੱਖਾਂਗੇ ਤਾਂ ਨੋਇਸ ਕੈਂਸਲ ਵੀ ਜਿਹੜੀ ਖਤਮ ਹੋ ਜਾਏਗੀ। ਮਾਈਨਸ ਵਾਲੇ ਬਟਨ ਨੂੰ ਜੇਕਰ ਆਹ ਜਿਹੜੇ ਨੂੰ ਆਪਾਂ ਦੱਬਦੇ ਹਾਂ, ਮਾਈਨਸ ਵਾਲਾ ਬਟਨ ਆ, ਤਿੰਨ ਬਟਨ ਨੇ ਇਹਦੇ ਉੱਤੇ, ਮਾਈਨਸ ਵਾਲੇ ਬਟਨ ਨੂੰ ਦੱਬਾਂਗੇ ਅਤੇ ਇਹਦੇ 'ਚ ਤੁਸੀਂ ਜਿਹੜਾ ਆ ਰਿਵਰਬ ਮੋੜ 'ਤੇ ਚਲੇ ਜਾਂਦੇ ਜਿਹਦੇ 'ਚ ਸਾਊਂਡ ਜਿਹੜੀ ਹੈ ਹਾਲ ਵਰਗੀ, ਹਾਲ 'ਚ ਆਵਾਜ਼ਾਂ ਜਿੱਦਾਂ ਗੂੰਜਦੀ ਹੋਈ ਆਵਾਜ਼ ਤੁਹਾਨੂੰ ਜਿਹੜੀ ਹੈ ਸੁਣਾਈ ਦੇਣੀ ਸ਼ੁਰੂ ਹੋਏਗੀ। ਦੁਬਾਰਾ ਦਬਾ ਕੇ ਰੱਖਾਂਗੇ ਅਤੇ ਇਹ ਜਿਹੜਾ ਫਿਰ ਆਪਣੇ ਨੋਰਮਲ ਕੰਟਰੋਲ ਦੇ ਉੱਤੇ ਆ ਜਾਂਦਾ ਆ, ਅਤੇ ਜਿਹਦੇ 'ਚ ਤੁਹਾਨੂੰ ਦੱਸਦੇ ਪਏ ਵੀ ਦੋ ਜਿਹੜੇ ਆ ਉਹ ਮਾਈਕ ਨੇ ਅਤੇ ਇੱਕ ਇਹਨਾਂ ਦੇ ਨਾਲ ਜਿਹੜਾ ਸਾਡੇ ਕੋਲ ਰਿਸੀਵਰ ਆ। ਤਿੰਨ ਡਿਵਾਈਸਾਂ ਜਿਹੜੀਆਂ ਇਹਦੇ 'ਚ ਮਿਲਦੀਆਂ ਨੇ, ਹਰ ਜਗ੍ਹਾ ਦੇ ਉੱਤੇ ਕੰਪੇਟੇਬਲ ਆ, ਜਿੱਥੇ ਮਰਜ਼ੀ ਤੁਸੀਂ ਇਹਨੂੰ ਚਲਾ ਸਕਦੇ ਹੋ, ਭਾਵੇਂ ਐਂਡਰਾਇਡ ਕੰਪਿਊਟਰ ਚਾਹੇ ਸਮਾਰਟਫੋਨ ਆ, ਤੁਸੀਂ ਇਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਯੂਜ ਕਰ ਸਕਦੇ। ਤਾਂ ਹੁਣ ਤੁਹਾਨੂੰ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਵੀ ਆਪਾਂ ਸੁਣਾਉਣ ਦੀ ਕੋਸ਼ਿਸ਼ ਕਰਦੇ ਵੀ ਇਹਨਾਂ ਦੀ ਆਵਾਜ਼ ਕਿਵੇਂ ਆਉਂਦੀ ਹੈ, ਅਤੇ ਆਓ ਚੱਲਦੇ ਹਾਂ ਬਾਹਰ ਅਤੇ ਸੁਣਾਉਂਦੇ ਹਾਂ ਤੁਹਾਨੂੰ ਇਹਦੀ ਆਵਾਜ਼। ਤਾਂ ਦੋਸਤੋ ਇਸ ਟਾਈਮ ਜਿਹੜਾ ਆ ਉਹ ਆਪਾਂ ਬਾਹਰ ਆ ਗਏ ਹਾਂ ਅਤੇ ਮਾਈਕ ਜਿਹੜਾ ਇੰਸਟਾਲ ਕਰਤਾ ਆ ਮੈਂ ਆਪਣੇ ਐਂਡਰਾਇਡ ਸੈਮਸੰਗ ਦੇ ਫੋਨ ਦੇ ਨਾਲ ਜਿਹੜਾ ਇਹਨੂੰ ਇੰਸਟਾਲ ਕੀਤਾ, ਅਤੇ ਇਸ ਟਾਈਮ ਜਿਹੜਾ ਆ ਉਹ ਮੈਂ ਤੁਹਾਡੇ ਲਈ ਜਿਹੜੀ ਹੈ ਵੋਕਲ ਰਿਕਾਰਡ ਕਰਨ ਦੀ ਕੋਸ਼ਿਸ਼ ਕਰਦਾ ਪਿਆ ਵਾਂ, ਅਤੇ ਇਸ ਟਾਈਮ ਦੋਸਤੋ ਬਿਲਕੁਲ ਨੋਰਮਲ ਮੋਡ ਦੇ ਉੱਤੇ ਜਿਹੜਾ ਆ ਮੈਂ ਇਹਨੂੰ ਰੱਖਿਆ ਹੋਇਆ, ਅਤੇ ਨੋਰਮਲ ਮੋਡ ਦੇ ਉੱਤੇ ਤੁਸੀਂ ਆਵਾਜ਼ ਜਿਹੜੀ ਉਹ ਸੁਣਦੇ ਪਏ ਹੋਵੋਗੇ ਵੀ ਕਿਸ ਤਰ੍ਹਾਂ ਦੀ ਆ ਰਹੀ ਹੈ। ਅਤੇ ਦੋਸਤੋ ਇਹਨੂੰ ਮੈਂ ਕਰ ਲੈਂਦਾ ਵਾਂ ਹੁਣ, ਜਿਵੇਂ ਕਿ ਆਵਾਜ਼ਾਂ ਦੇ ਵਾਸਤੇ ਆਪਾਂ ਚੈੱਕ ਕਰਨ ਵਾਸਤੇ ਜਿਹੜਾ ਆ ਇਹਨੂੰ ਨੋਇਸ ਕੈਂਸਲ ਕਰ ਲੈਂਦੇ ਹਾਂ, ਅਤੇ ਇਸ ਟਾਈਮ ਨੋਇਸ ਕੈਂਸਲ ਵਾਲਾ ਜਿਹੜਾ ਆ ਉਹ ਮੈਂ ਚਲਾ ਦਿੱਤਾ ਆ, ਅਤੇ ਹੁਣ ਤੁਹਾਨੂੰ ਜਿਹੜੀਆਂ ਦੂਰ ਦੀਆਂ ਆਵਾਜ਼ਾਂ ਜਾਂ ਜਿੱਦਾਂ ਕਿ ਜੇਕਰ ਆਪਾਂ ਕਹਿ ਲਈਏ ਵੀ ਉੱਪਰ ਪੱਖਾ ਚੱਲਦਾ ਹੋਵੇ ਜਾਂ ਪੱਖੇ ਦੀ ਆਵਾਜ਼ ਜੇ ਮੈਂ ਚੁੱਪ ਕਰ ਜਾਂ ਤਾਂ ਦੇਖਿਓ ਕੋਈ ਆਵਾਜ਼ ਆਉਂਦੀ ਆ, ਮੀਂਹ ਦੀ ਕਿਣ ਮਿਣ ਚੱਲਦੀ ਪਈ ਹੈ, ਆਵਾਜ਼ ਬਹੁਤ ਜ਼ਿਆਦਾ ਹੋਰ ਕੋਈ ਮਾਈਕ ਹੁੰਦਾ ਅਤੇ ਮੀਂਹ ਦੀ ਆਵਾਜ਼ ਜਿਹੜੀ ਹੈ ਜਾਂ ਲਾਗੇ ਚਾਗੇ ਮੇਰੀ ਬੈਕ ਸਾਈਡ 'ਤੇ ਇੱਕ ਪੱਖਾ ਚੱਲਦਾ ਪਿਆ ਮੰਦਰ ਦੇ ਵਿੱਚ ਉਹਦੀ ਵੀ ਆਵਾਜ਼ ਜਿਹੜੀ ਆ ਜਾਣੀ ਸੀ, ਪਰ ਮੈਨੂੰ ਲੱਗਦਾ ਹੈ ਵੀ ਇਹਦੀ ਆਵਾਜ਼ ਨਹੀਂ ਆਈ ਹੋਏਗੀ ਕਿਉਂਕਿ ਨੋਇਸ ਕੈਂਸਲੇਸ਼ਨ ਜਿਹੜੀ ਉਹ ਆਪਾਂ ਔਨ ਕਰ ਦਿੱਤੀ ਹੋਈ ਹੈ। ਦੋਸਤਾਂ ਜਿਹੜਾ ਆ ਇਹਦਾ ਦੂਸਰਾ ਮੋਡ ਆ ਉਹ ਹੈਗਾ ਰਿਵਰਬ ਦਾ, ਅਤੇ ਆਪਾਂ ਇਹਨੂੰ ਫਿਲਹਾਲ ਬੰਦ ਕਰ ਲੈਂਦੇ ਹਾਂ ਅਤੇ ਰਿਵਰਬ ਦਾ ਮੋਡ ਆ ਜਿਹੜਾ ਉਹ ਆਪਾਂ ਚਾਲੂ ਕਰ ਲੈਂਦੇ ਹਾਂ, ਅਤੇ ਇਸ ਟਾਈਮ ਮੈਂ ਰਿਵਰਬ ਵਾਲਾ ਜਿਹੜਾ ਆ ਇਹ ਜੇਕਰ ਤੁਸੀਂ ਗਾਣਾ ਗੁਣਾ ਗਾਉਂਦੇ ਹੋ ਅਤੇ ਉਹ ਗਾਣਾ ਤੁਸੀਂ ਗਾ ਸਕਦੇ ਹੋ ਕਿਉਂਕਿ ਰਿਵਰਬ ਮੋਡ ਦੇ ਉੱਤੇ ਜਿਹੜੀ ਆਵਾਜ਼ ਗੂੰਜਦੀ ਹੈ ਥੋੜ੍ਹੀ ਥੋੜ੍ਹੀ, ਅਤੇ ਉਹਦੇ ਨਾਲ ਜਿਹੜਾ ਆ ਤੁਹਾਡੀ ਆਵਾਜ਼ ਜਿਹੜੀ ਬਹੁਤ ਸੋਹਣੀ ਬਣ ਜਾਂਦੀ ਹੈ, ਜਿਵੇਂ ਕਿ ਮੈਂ ਤੁਹਾਨੂੰ ਗਾ ਕੇ ਦਿਖਾਉਂਦਾ ਵਾਂ। ਤੇਰੇ ਬਿਨ ਜੀਣਾ ਮੁਸ਼ਕਿਲ ਹੈ, ਤੇਰੇ ਬਿਨ ਜੀਣਾ ਮੁਸ਼ਕਿਲ ਹੈ। ਦੋਸਤੋ ਇਸ ਤਰ੍ਹਾਂ ਕਰਕੇ ਇਹਦੀ ਜਿਹੜੀ ਰਿਵਰਬ ਆਵਾਜ਼ ਆ ਉਹ ਥੋੜ੍ਹੀ ਵਧੀਆ ਤਰੀਕੇ ਨਾਲ ਆ ਜਾਂਦੀ ਹੈ, ਅਤੇ ਤੁਸੀਂ ਦੇਖਦੇ ਪਏ ਹੋ ਕਿ ਲਗਾਤਾਰ ਜਿਹੜਾ ਆ ਆਪਾਂ ਕਰਦੇ ਪਏ ਹਾਂ ਜਿਹੜਾ ਕਿ ਆਵਾਜ਼ ਜਿਹੜੀ ਆ ਰਹੀ ਹੈ। ਅਤੇ ਹੋਰ ਵੀ ਜਿਹੜੇ ਮੋਡ ਨੇ ਜਿਵੇਂ ਕਿ ਮੈਂ ਦੱਸਦਾ ਪਿਆ ਹਾਂ ਵੀ ਜੇਕਰ ਇਹਨੂੰ ਆਪਾਂ ਇੱਕ ਵਾਰੀ ਨੱਪ ਦਈਏ ਤਾਂ ਓਕੇ, ਮਿਊਟ ਤੋਂ ਹਟ ਗਈ ਹੈ ਅਤੇ ਆਵਾਜ਼ ਮੇਰੀ ਹੁਣ ਤੁਹਾਨੂੰ ਆਉਣ ਲੱਗ ਪਈ ਹੋਣੀ ਹੈ ਮੇਰੇ ਖਿਆਲ ਨਾਲ, ਹੈ ਨਾ। ਅਤੇ ਇਹ ਆਵਾਜ਼ ਇਸ ਤਰ੍ਹਾਂ ਕਰਕੇ ਬਹੁਤ ਵਧੀਆ ਹੈਗਾ ਆ। ਦੋ ਮਾਈਕ ਨੇ ਇਸ ਟਾਈਮ ਮੈਂ ਇਕੱਲਾ ਵਾਂ, ਪਰ ਜੇਕਰ ਦੋ ਜਣੇ ਹੋਈਏ ਤਾਂ ਬੜੇ ਆਰਾਮ ਦੇ ਨਾਲ ਅਸੀਂ ਵਾਰਤਾ ਕਰ ਸਕਦੇ ਹਾਂ।